ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੀ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ ਮੈਂ ਹਾਂ ਸੁਮਨਪ੍ਰੀਤ ਕੌਰ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 17 ਫਰਵਰੀ 2022 ਦੇ ਨਾਲ ਰਿਲੇਟਿਡ ਇੰਪੋਰਟੈਂਟ ਕਰੰਟ ਅਫੇਅਰ ਦੇ ਕੁਐਸਚਨਸ ਹਰੇਕ ਕੁਐਸਚਨ ਦੇ ਨਾਲ ਰਿਲੇਟਿਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਦੇਖਣਾ ਤੇ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਹ ਤਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਕੁਐਸਚਨ ਨੰਬਰ 1 ਕਿਸ ਨੂੰ ਦਿੱਤਾ ਗਿਆ ਸੀਬੀਐਸਸੀ ਚੇਅਰਮੈਨ ਦਾ ਚਾਰਜ ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਵੀ ਬਿੰਸ ਕੋਟ ਯੋਸ਼ੀ ਨੂੰ ਸੀਬੀਐਸਸੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ ਹੁਣ ਅਸੀਂ ਗੱਲ ਕਰ ਰਹੀ ਹਾਂ ਸੀਬੀਐਸਸੀ ਦੀ ਇਦੀ ਫੁੱਲ ਫਾਰਮ ਕੀ ਆ ਸੈਂਟਰ ਬੋਰਡ ਆਫ ਸਕੰਡਰੀ ਐਜੂਕੇਸ਼ਨ ਠੀਕ ਹੈ ਇਹਦੀ ਸਥਾਪਨਾ ਕਦੋਂ ਹੋਈ ਸੀ 1929 ਦੇ ਵਿੱਚ ਤੇ ਇਹਦਾ ਹੈਡਕ quarter ਕਿੱਥੇ ਆ ਨਿਊ ਦਿੱਲੀ ਦੇ ਵਿੱਚ ਤੇ ਐਟ ਪ੍ਰੈਜ਼ੈਂਟ ਇਹਦੇ ਚੇਅਰਮੈਨ ਤਾਂ ਇਹ ਹੀ ਬਣ ਗਏ ਆ ਵਿਨਸ਼ ਕੋਟ ਜੋਸ਼ੀ ਇਹ ਤੁਸੀਂ ਯਾਦ ਰੱਖਣਾ ਇੱਕ ਆਈਐਸ ਆਫੀਸਰ ਹੈ ਨੈਕਸਟ ਕੁਐਸ਼ਨ ਪੈਸੇ ਬਾਜ਼ਾਰ ਅਤੇ ਕਿਸ ਬੈਂਕ ਨੇ ਪੈਸਾ ਆਨ ਡਿਮਾਂਡ ਕ੍ਰੈਡਿਟ ਕਾਰਡ ਦੀ ਪੇਸ਼ਕਸ਼ ਕਰਨ ਲਈ ਸਮਝੌਤਾ ਕੀਤਾ ਹੈ ਹਾਂਜੀ ਪੈਸਾ ਔਨ ਡਿਮਾਂਡ ਕ੍ਰੈਡਿਟ ਕਾਰਡ ਦੀ ਪੇਸ਼ਕਸ਼ ਕਰਨ ਲਈ ਸਮਝੌਤਾ ਕੀਤਾ ਪੈਸੇ ਬਾਜ਼ਾਰ ਅਤੇ ਆਰ ਬੀ ਐਲ ਬੈਂਕ ਨੇ ਆਪਸ਼ਨ ਨੰਬਰ ਸੀ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਠੀਕ ਹੈ ਪੈਸੇ ਬਾਜ਼ਾਰ ਅਤੇ ਆਰ ਬੀ ਐਲ ਬੈਂਕ ਨੇ ਆਪਸ ਦੇ ਵਿੱਚ ਸਮਝੌਤਾ ਕੀਤਾ ਕਾਦੇ ਲਈ ਕੀਤਾ ਪੈਸਾ ਔਨ ਡਿਮਾਂਡ ਤੇ ਕ੍ਰੈਡਿਟ ਕਾਰਡ ਦੀ ਪੇਸ਼ਕਸ਼ ਕਰਨ ਦੇ ਲਈ ਹੁਣ ਅਸੀਂ ਗੱਲ ਕਰ ਰਹੇ ਹਾਂ ਆਰਬੀਐਲ ਦੀ ਆਰਬੀਐਲ ਦੀ ਸਥਾਪਨਾ ਕਦੋਂ ਹੋਈ ਸੀ 1943 ਦੇ ਵਿੱਚ ਇਹਦਾ ਹੈੱਡਕੁਆਰਟਰ ਕਿੱਥੇ ਆ ਮੁੰਬਈ ਦੇ ਵਿੱਚ ਐਟ ਪ੍ਰੈਜ਼ੈਂਟ ਇਹਦੇ ਐਮ ਡੀ ਐਂਡ ਸੀਈਓ ਕੌਣ ਨੇ ਰਾਜੀਵ ਉਹਜਾ ਨੈਕਸਟ ਕੁਐਸਚਨ ਹੈ ਜੀ ਭਾਰਤ ਇਟਲੀ ਵਿਦੇਸ਼ ਦਫਤਰ ਸਲਾਹ-ਮਸ਼ਵਰੇ ਦਾ 8ਵਾਂ ਸੈਸ਼ਨ ਕਿੱਥੇ ਆਯੋਜਿਤ ਕੀਤਾ ਗਿਆ ਹੈ? ਹਾਂਜੀ ਭਾਰਤ ਇਟਲੀ ਵਿਦੇਸ਼ ਦਫਤਰ ਸਲਾਹ-ਮਸ਼ਵਰੇ ਦਾ 8ਵਾਂ ਸੈਸ਼ਨ ਆਯੋਜਿਤ ਕੀਤਾ ਗਿਆ ਹੈ ਰੋਮ ਦੇ ਵਿੱਚ। ਆਪਸ਼ਨ ਇਸ ਕੁਐਸਚਨ ਦੀ ਬੀ ਰਾਈਟ ਹੈ। ਨੈਕਸਟ ਵਰਸ਼ਨ ਕਰਦੇ ਹਾਂ ਜੀ ਕੌਣ FIWCI ਮੀਡੀਆ ਅਤੇ ਮਨੋਰੰਜਨ ਦਾ ਸਹਿ-ਸਹਿ ਚੇਅਰਮੈਨ ਬਣਿਆ ਹੈ? ਹਾਂਜੀ ਸਹਿ-ਚੇਅਰਮੈਨ ਬਣੇ ਆ। FII CCI میڈیا ਤੇ ਮਨੋਰੰਜਨ ਦੇ ਕੌਣ ਬਣੇ ਆ ਜੋਤੀ ਦੇਸ਼ पांडे ਆਪਸ਼ਨ ਇਸ ਕੁਸ਼ਣ ਦਾ A ਰਾਈਟ ਆ ਠੀਕ ਹੈ ਜੋਤੀ ਜੋਤੀ ਦੇਸ਼ पांडे FII CCI ਮੀਡੀਆ ਤੇ ਮਨੋਰੰਜਨ ਦੇ ਸਹਿ ਚੇਅਰਮੈਨ ਬਣੇ ਆ ਹੁਣ ਅਸੀਂ ਗੱਲ ਕਰ ਰਹੇ ਆ FII ਦੀ ਤੇ ਇਹਦੀ ਫੁੱਲ ਫਾਰਮ ਕੀ ਹੈ ਫੈਡਰੇਸ਼ਨ ਆਫ ਇੰਡੀਅਨ ਚੈਂਬਰਸ ਐਂਡ ਕਮਰਸ ਆਫ ਇੰਡਸਟਰੀਜ਼ ਇਸ ਦੀ ਸਥਾਪਨਾ ਹੋਈ ਸੀ 1927 ਦੇ ਵਿੱਚ ਤੇ ਇਹਦਾ ਹੈੱਡਕ quarter ਨਿਊ ਡੈਲੀ ਦੇ ਵਿੱਚ ਇਹ ਵੀ ਤੁਸੀਂ ਯਾਦ ਰੱਖਣਾ ਨੈਕਸਟ ਕੁਐਸਚਨ ਕਰਦੇ ਹਾਂ ਜੀ ਅਸੀਂ ਕਿਸ ਨੇ 9ਵੀਂ ਯੂ ਐਸ ਗ੍ਰੀਨ ਬਿਲਡਿੰਗ ਕਾਉਂਸਲਿੰਗ ਵਿੱਚ ਟੌਪ ਕੀਤਾ ਹੈ ਹਾਂਜੀ 9ਵੀਂ ਯੂਐਸ ਗ੍ਰੀਨ ਬਿਲਡਿੰਗ ਕਾਉਂਸਲਿੰਗ ਦੇ ਵਿੱਚ ਟੌਪ ਕੀਤਾ ਹੈ ਚਾਈਨਾ ਨੇ ਅਤੇ ਇਹਦੇ ਵਿੱਚੋਂ ਟੌਪ ਤੇ ਆ ਤਾਂ ਚਾਈਨਾ ਤੇ ਫਿਰ ਸੈਕਿੰਡ ਤੇ ਆ ਕੈਨੇਡਾ ਇਹ ਵੀ ਤੁਸੀਂ ਯਾਦ ਰੱਖਣਾ ਠੀਕ ਹੈ ਹੁਣ ਟੌਪ ਤੇ ਚਾਈਨਾ ਵਾ ਯਾਨੀ ਕਿ ਚੀਨ ਆ ਤਾਂ ਚੀਨ ਦੀ ਕੈਪੀਟਲ ਕੀ ਆ ਚੀਨ ਦੀ ਕੈਪੀਟਲ ਆ ਬੀਜਿੰਗ ਤੇ ਇੱਥੋਂ ਦੇ ਕਰੰਸੀ ਕੀ ਆ ਹਾਂਜੀ ਚੀਨ ਦੀ ਕਰੰਸੀ ਆ ਰੇਨ ਮੀਨਵੀ ਤੇ ਇੱਥੋਂ ਦੇ ਪ੍ਰੈਜ਼ੀਡੈਂਟ ਆ ਜੀ ਜਿਨਪਿੰਗ ਠੀਕ ਹੈ ਚੀਨ ਨੇ ਸਾਈਨੋਫਾਰਮ ਵੈਕਸੀਨ ਬਣਾਈ ਸੀ Mars Rover ਚ ਰੋਗ ਨੂੰ ਸਫਲਤਾਪੂਰਵਕ ਮੰਗਲ ਗ੍ਰਹਿ ਤੇ ਉਤਾਰਿਆ ਇਹ ਕਚਰੇ ਦਾ ਸਭ ਤੋਂ ਵੱਡਾ ਉਤਪਾਦਕ ਚੀਨ ਹੈ ਤੇ ਪਲਾਸਟਿਕ ਕਚਰੇ ਦਾ ਸਭ ਤੋਂ ਵੱਡਾ ਉਤਪਾਦਕ ਅਮਰੀਕਾ ਹਾਈ ਸਪੀਡ ਮੈਗਲਿਵ ਦਾ ਸਫਲਤਾਪੂਰਵਕ ਪ੍ਰੀਖਣ ਵੀ ਚੀਨ ਨੇ ਕੀਤਾ ਵੇਡਿਓ ਨਾਮ ਦਾ ਨੈਵੀਗੇਸ਼ਨ ਸੈਟੇਲਾਈਟ ਵੀ ਸਫਲਤਾਪੂਰਵਕ ਚੀਨ ਨੇ ਹੀ ਲਾਂਚ ਕੀਤਾ ਨਾਮ ਯਾਦ ਰੱਖਣਾ ਵੇਡਿਓ ਠੀਕ ਹੈ ਹਾਂਜੀ ਯੋਗ ਜਿੰਪਿੰਗ ਪੁਲਾੜ ਵਿੱਚ ਸੈਰ ਕਰਨ ਵਾਲੀ ਪਹਿਲੀ ਚੀਨੀ ਮਹਿਲਾ ਪੁਲਾੜ ਯਾਤਰੀ ਬਣੀ ਆ ਪਹਿਲਾ ਪ੍ਰithvi ਉਪਗ੍ਰਹਿ ਗੁਆੰਗਮੂ ਚੀਨ ਨੇ ਲੌਂਚ ਕੀਤਾ ਚੀਨ ਨੇ ਵਿਦੇਸ਼ੀ ਪਾਠਕ੍ਰਮ ਨੂੰ ਆਪਣੇ ਸਕੂਲਾਂ ਦੇ ਵਿੱਚ ਪੜ੍ਹਾਉਣ ਤੇ ਵੀ ਰੋਕ ਲਗਾ ਦਿੱਤੀ ਜਾਨੀ ਕਿ ਕੋਈ ਵੀ ਵਿਦੇਸ਼ੀ ਪਾਠ ਪਾਠਕ੍ਰਮ ਚੀਨ ਦੇ ਸਕੂਲਾਂ ਦੇ ਵਿੱਚ ਨਹੀਂ ਪੜ੍ਹਾਇਆ ਜਾਵੇਗਾ ਚੀਨ ਦੀ ਹੱਦ ਦੁਨੀਆ ਦੇ ਸਭ ਤੋਂ ਜ਼ਿਆਦਾ ਦੇਸ਼ਾਂ ਦੇ ਨਾਲ ਲੱਗਦੀ ਆ ਟੋਟਲ 14 ਦੇਸ਼ਾਂ ਦੇ ਨਾਲ ਚੀਨ ਦੀ ਹੱਦ ਲੱਗਦੀ ਆ ਚੀਨ ਨੇ ਵਿਗਿਆਨੀਆ ਨੇ ਧਰਤੀ ਤੇ ਹੀ ਨਕਲੀ ਚੰਦ ਬਣਾਇਆ ਤੇ ਇਸ ਤੋਂ ਪਹਿਲਾਂ ਨਕਲੀ ਸੂਰਜ ਵੀ ਬਣਾ ਚੁੱਕੇ ਆ ਭਾਰਤ ਅਤੇ ਚੀਨ ਦਰਮਿਆਨ ਦੁਵੱਲਾ ਵਪਾਰ 2021 ਵਿੱਚ 125 ਬਿਲੀਅਨ ਡਾਲਰ ਪਾਰ ਕਰ ਗਿਆ ਨੈਕਸਟ ਕੁਐਸਚਨ ਕਰਦੇ ਆ ਜੀ ਅਸੀਂ ਗੁਰੂਗ੍ਰਾਮ ਦੀ ਗੁਰੂਗ੍ਰਾਮ ਦੀ ਪਹਿਲੀ ਮਹਿਲਾ ਪੁਲਿਸ ਕਮਿਸ਼ਨਰ ਕੌਣ ਬਣੀ ਆ ਹਾਂਜੀ ਗੁਰੂਗ੍ਰਾਮ ਦੀ ਪਹਿਲੀ ਮਹਿਲਾ ਮਹਿਲਾ ਪੁਲਿਸ ਕਮਿਸ਼ਨਰ ਕੌਣ ਬਣੀ ਆ ਹਾਂਜੀ ਗੁਰੂਗ੍ਰਾਮ ਦੀ ਪਹਿਲੀ ਮਹਿਲਾ ਪੁਲਿਸ ਕਮਿਸ਼ਨਰ ਬਣੀ ਆ ਕੌਣ ਬਣੀ ਆ ਕਲਾ ਰਾਮ ਚੰਦਰਨ ਆਪਸ਼ਨ ਨੰਬਰ ਇਸ ਕੁਐਸਚਨ ਦਾ ਬੀ ਰਾਈਟ ਆਨਸਰ ਆ ਕਲਾ ਰਾਮ ਚੰਦਰਨ ਗੁਰੂਗ੍ਰਾਮ ਦੀ ਪਹਿਲੀ ਮਹਿਲਾ ਪੁਲਿਸ ਕਮਿਸ਼ਨਰ ਬਣੀ ਆ ਇਹ 1994 ਬੈਂਚ ਦੀ ਹਰਿਆਣਾ ਕੈਡਰ ਦੀ ਆਈਪੀਐਸ ਆਫੀਸਰ ਆ ਨੈਕਸਟ ਕੁਐਸਚਨ ਕਰਦੇ ਆ ਜੀ ਅਸੀਂ ਸੋਭਾ ਗਿਆ ਹਾਂਜੀ ਸੋਭਾਗਿਆ ਯੋਜਨਾ ਸੂਰਜੀ ਵਿਜਲੀਕਰਨ ਯੋਜਨਾ ਵਿੱਚ ਕਿਹੜਾ ਰਾਜ ਸਭ ਤੋਂ ਉੱਪਰ ਹੈ ਸੂਰਜੀ ਵਿਜਲੀਕਰਨ ਯੋਜਨਾ ਦੇ ਵਿੱਚ ਕਿਹੜਾ ਰਾਜ ਸਭ ਤੋਂ ਉੱਪਰ ਹੈ Rajasthan ਆਪਸ਼ਨ ਇਸ ਕੁਐਸਚਨ ਦਾ A ਰਾਈਟ ਆ ਹੁਣ ਅਸੀਂ ਗੱਲ ਕਰ ਰਹੇ ਹਾਂ ਰਾਜਸਥਾਨ ਦੀ ਤਾਂ ਰਾਜਸਥਾਨ ਦੀ ਕੈਪੀਟਲ ਕੀ ਹੈ ਜੈਪੁਰ ਇੱਥੋਂ ਦੇ ਚੀਫ ਮਿੰისტਰ ਆ ਅਸ਼ੋਕ ਗਹਿਲੋਤ ਤੇ ਇੱਥੋਂ ਦੇ ਗਵਰਨਰ ਆ ਕਲਰਾਜ ਮਿਸਰਾ ਰਾਜਸਥਾਨ ਦੇ ਵਿੱਚ ਜੈਸਲਮੇਰ ਦੇ ਵਿੱਚ ਖਾਦੀ ਨਾਲ ਬਣੇ ਦਾਨੀਆਂ ਦਾ ਸਭ ਤੋਂ ਵੱਡਾ ਰਾਸ਼ਟਰੀ ਝੰਡਾ ਪ੍ਰਦਰਸ਼ਿਤ ਕੀਤਾ ਗਿਆ ਰਾਜਸਥਾਨ ਸਰਕਾਰ ਨੇ ਉਡਾਣ ਯੋਜਨਾ ਸ਼ੁਰੂ ਕੀਤੀ ਆ ਰਾਜਸਥਾਨ ਦੇ ਵਿੱਚ ਇਦਰਾ ਗਾਂਧੀ ਸਹਿਰੀ ਕ੍ਰੈਡਿਟ ਕਾਰਡ ਸਕੀਮ ਸ਼ੁਰੂ ਕੀਤੀ ਗਈ ਰਾਜਸਥਾਨ ਸਰਕਾਰ ਨੇ ਪ੍ਰਸ਼ਾਸਨ ਪਿੰਡਾਂ ਦੇ ਨਾਲ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਭਾਰਤ ਦਾ ਪਹਿਲਾ ਅੰਗ ਦਾ ਤਸਮਾਰਕ ਰਾਜਸਥਾਨ ਦੇ ਜੈਪੁਰ ਦੇ ਵਿੱਚ ਬਣਿਆ ਸਟੈਚੂ ਆਫ ਪੀਸ ਰਾਜਸਥਾਨ ਦੀ ਪਾਲੀ ਦੇ ਵਿੱਚ ਬਣਿਆ ਰਾਜ ਸਰਕਾਰ ਨੇ ਮਹਿਲਾਵਾਂ ਦੇ ਲਈ ਬੈਕ ਟੂ ਵਰਕ ਯੋਜਨਾ ਸ਼ੁਰੂ ਕੀਤੀ ਹੈ ਇੱਕ ਪੌਦਾ ਧੀ ਦੇ ਨਾਮ ਸਕੀਮ ਰਾਜਸਥਾਨ ਨੇ ਸ਼ੁਰੂ ਕੀਤੀ BSF ਨੇ ਆਪਰੇਸ਼ਨ ਸਰਦ ਹਵਾ ਰਾਜਸਥਾਨ ਦੇ ਵਿੱਚ ਸ਼ੁਰੂ ਕੀਤੀ ਤੇ ਇਸ ਤੋਂ ਪਹਿਲਾਂ ਆਪਰੇਸ਼ਨ ਗਰਮ ਹਵਾ ਵੀ ਸ਼ੁਰੂ ਕਰ ਚੁੱਕਿਆ 100% ਟੀਕਾਕਰਨ ਕਰਨ ਵਾਲਾ ਪਹਿਲਾ ਜ਼ਿਲ੍ਹਾ ਬਣਿਆ ਪ੍ਰਤਾਪਗੜ ਜਲ ਜੀਵਨ ਮਿਸ਼ਨ ਦੇ ਤਹਿਤ ਰਾਜਸਥਾਨ ਨੂੰ 180 ਕਰੋੜ ਰੁਪਏ ਦਿੱਤੇ ਗਏ ਸਾਰੇ ਪਰਿਵਾਰਾਂ ਨੂੰ ਅਸ਼ੁੱਧੀ ਬੂਟੀਆਂ ਵੰਡਣ ਦਾ ਐਲਾਨ ਵੀ ਰਾਜਸਥਾਨ ਗਵਰਨਮੈਂਟ ਨੇ ਹੀ ਕੀਤਾ ਨੈਕਸਟ ਕੁਐਸ਼ਨ ਹੈ ਜੀ ਆਈਪੀਐਸ ਦੇਵ ਆਈਪੀਐਸ ਦੇਵੀ ਰਾਜੇਂਦਰਨਾਥ ਰੈਡੀ ਕਿਸ ਥਾਂ ਤੇ ਨਵੇਂ ਡੀਜੀਪੀ ਬਣੇ ਆ ਹਾਂਜੀ ਆਈਪੀਐਸ ਇਥੇ ਸੌਰੀ ਕੁਐਸਚਨ ਦੇ ਵਿੱਚ ਮਿਸਟੇਕ ਆ ਆਈਪੀਐਸ ਰਾਜੇਂਦਰਨਾਥ ਰੈਡੀ ਕਿਸ ਥਾਂ ਦੇ ਨਵੇਂ ਡੀਜੀਪੀ ਬਣੇ ਆ ਤਾਂ ਰਾਈਟ ਆਨਸਰ ਹੈ অপਸ਼ਨ ਨੰਬਰ ਬੀ ਆਂਧਰਾ ਪ੍ਰਦੇਸ਼ ਆਂਧਰਾ ਪ੍ਰਦੇਸ਼ ਦੇ ਨਵੇਂ ਡੀਜੀਪੀ ਬਣੇ ਆ ਆਈਪੀਐਸ ਰਜਿੰਦਰਨਾਥ ਰੈਡੀ ਹੁਣ ਅਸੀਂ ਗੱਲ ਕਰ ਰਹੇ ਆਂ ਆਂਧਰਾ ਪ੍ਰਦੇਸ਼ ਦੀ ਤਾਂ ਆਂਧਰਾ ਪ੍ਰਦੇਸ਼ ਦੀ ਕੈਪੀਟਲ ਕੀ ਆ ਅਮਰਾਬਤੀ ਇੱਥੋਂ ਦੇ ਚੀਫ ਮਿਨਿਸਟਰ ਆ ਜਗਨਮੋਹਨ ਰੈਡੀ ਤੇ ਇੱਥੋਂ ਦੇ ਗਵਰਨਰ ਆ ਵਿਸ਼ੂ ਪੂਸ਼ਨ ਹਰੀਚੰਦਰਨ ਤੇ ਇੱਥੋਂ ਦੇ ਹਾਂਜੀ ਇੱਥੋਂ ਦੇ ਡੀਜੀਪੀ ਬਣੇ ਆ ਰਜਿੰਦਰਨਾਥ ਰੈਡੀ ਠੀਕ ਹੈ ਪਿਫਲਾਂ ਦੇ ਉਤਪਾਦਨ ਵਿੱਚ ਸਭ ਤੋਂ ਵੱਡਾ ਉਤਪਾਦਨ ਆਂਧਰਾ ਪ੍ਰਦੇਸ਼ ਹੈ। ਭਾਸ਼ਾ ਦੇ ਆਧਾਰ ਤੇ ਗਠਿਤ ਹੋਣ ਵਾਲਾ ਭਾਰਤ ਦਾ ਪਹਿਲਾ ਰਾਜ ਆਂਧਰਾ ਪ੍ਰਦੇਸ਼। ਆਂਧਰਾ ਪ੍ਰਦੇਸ਼ ਦੇ ਵਿੱਚ ਕੋਲੇਰੂ ਲੈਕਾ, ਪੋਲੀਕਟ ਲੈਕਾ, ਪਾਪੀਕੁੰਡਾ ਨੈਸ਼ਨਲ ਪਾਰਕ, ਸ੍ਰੀ ਬੰਕਟੇਸ਼ਵਰ ਸ੍ਰੀ ਬੰਕਟੇਸ਼ਵਰ ਨੈਸ਼ਨਲ ਪਾਰਕ। ਇਹਨਾਂ ਤੁਸੀਂ ਯਾਦ ਰੱਖਣਾ ਆਂਧਰਾ ਪ੍ਰਦੇਸ਼ ਦੇ ਬਾਰੇ। ਨੈਕਸਟ ਕੁਐਸਚਨ ਆਨਲੇ ਦੀ ਮਹਾਮਾਰੀ ਨੂੰ ਕਿਵੇਂ ਰੋਕਿਆ ਜਾਵੇ ਨਾਮਕ ਕਿਤਾਬ ਕਿਸ ਨੇ ਲਿਖੀ ਆ? हां जी ਆਨ ਨੇ ਦੀ ਮਹਾਮਾਰੀ ਨੂੰ ਕਿਵੇਂ ਰੋਕਿਆ ਜਾਵੇ ਬੁੱਕ ਦਾ ਨਾਮ ਤੁਸੀਂ ਯਾਦ ਰੱਖਣਾ ਹਾਊ ਟੂ ਹਾਊ ਟੂ ਪ੍ਰੀਵੈਂਟ ਦਾ ਨੈਕਸਟ ਪੈਂਡੇਮਿਕ ਠੀਕ ਹੈ ਹਾਊ ਟੂ ਪ੍ਰੀਵੈਂਟ ਇੱਥੇ ਮੈਂ ਲਿਖ ਦਿੰਨੀ ਆ ਹਾਊ ਟੂ ਪ੍ਰੀਵੈਂਟ ਤੀਆ ਠੀਕ ਹੈ ਹਾਊ ਟੂ ਪ੍ਰੀਵੈਂਟ ਦਾ ਨੈਕਸਟ ਹਾਂਜੀ ਦਾ ਨੈਕਸਟ ਪੈਂਡੇਮਿਕ ਇਹ ਬੁੱਕ ਦਾ ਨਾਮ ਆ ਇੰਗਲਿਸ਼ ਦੇ ਵਿੱਚ ਤੁਸੀਂ ਯਾਦ ਰੱਖਣਾ ਤੇ ਰਾਈਟਰ ਦਾ ਨਾਮ ਵੀ ਯਾਦ ਰੱਖਣਾ ਬਿਲ ਗੇਟਸ অপਸ਼ਨ ਇਸ ਕੁਐਸਚਨ ਦਾ ਸੀ ਰਾਈਟ ਆ ਠੀਕ ਹੈ ਹੁਣ ਇਹ ਬਿਲ ਗੇਟਸ ਨੇ ਲਿਖੀ ਆਈ ਬੁੱਕ ਰਾਈਟਰ ਦਾ ਨਾਮ ਰੱਖਣਾ ਤੇ ਕਿਤਾਬ ਦਾ ਨਾਮ ਯਾਦ ਰੱਖਣਾ ਰੀਸੈਂਟਲੀ ਅਸੀਂ ਬੁੱਕ ਕੀਤੀ ਸੀਗੀ ਟੱਲ ਵਿਹਾਰੀ ਬਾਜ਼ਪਈ ਇਸ ਨੂੰ ਲਿਖਾ ਸਾਗਰਿਕ ਕੋਸ਼ ਨੇ ਅ ਲਿਟਲ ਬਾਇ ਆਫ ਇੰਡੀਆ ਇਸ ਨੂੰ ਲਿਖਿਆ ਰਸਕਿਨ ਬੌਂਡ ਨੇ ਗਾਂਧੀ ਦੇ ਹਥਿਆਰ ਦਾ ਮੇਕਿੰਗ ਆਫ ਨਾਥੂਰਾਮ ਹਿਸ ਆਈਡੀਆ ਆਫ ਇੰਡੀਆ ਇਸ ਨੂੰ ਲਿਖਿਆ ਤਰਿੰਦਰ ਕੇ ਝਾਣੇ ਇੱਕ ਬੁੱਕ ਆ ਜਿਸ ਦਾ ਨਾਮ ਆ ਮਮਤਾ ਵਿਯੋਂਡ 2021 ਇਸ ਬੁੱਕ ਨੂੰ ਲਿਖਿਆ ਜਯੰਤ ਕੋਸ਼ ਨੇ ਇੱਕ ਬੁੱਕ ਆ ਜਿਸ ਦਾ ਨਾਮ ਆ ਪਬਲਿਕ ਸਰਵਿਸ ਅਥਿਕਸ ਇਸ ਬੁੱਕ ਨੂੰ ਲਿਖਿਆ ਪ੍ਰਭਾਤ ਕੁਮਾਰ ਨੇ ਇੱਕ ਬੁੱਕ ਆ ਜਿਸ ਦਾ ਨਾਮ ਆ ਕੁਕਿੰਗ ਟੂ ਸੇਵ ਯੂਅਰ ਲਾਈਫ ਇਸ ਬੁੱਕ ਨੂੰ ਲਿਖਿਆ ਅਭਿਜੀਤ ਬੈਨਰਜੀ ਨੇ ਇੱਕ ਬੁੱਕਾ ਜਿਸ ਦਾ ਨਾਮ ਆ ਔਰੀਐਂਟਿੰਗ ਐਂਡ ਇੰਡੀਅਨ ਇਨ ਜਾਪਾਨ ਇਸ ਨੂੰ ਲਿਖਿਆ ਪੱਲਬੀ ਅਯਰ ਨੇ ਇੱਕ ਬੁੱਕਾ ਜਿਸ ਦਾ ਨਾਮ ਆ ਹਾਊ ਦਾ ਅਰਥ ਗਾਟ ਇਟਸ ਬਿਊਟੀ ਇਸ ਬੁੱਕ ਨੂੰ ਲਿਖਿਆ ਇਮਫਾਸਿਸ ਦੀ ਸੁਦਾ ਮੂਰਤੀ ਨੇ ਇੱਕ ਬੁੱਕਾ ਜਿਸ ਦਾ ਨਾਮ ਆ ਨਹਿਰੂ ਦਾ ਡਿਬੈਟਸ ਦੈਟ ਡਿਫਾਈਨਡ ਇਨ ਇੰਡੀਆ ਇਸ ਬੁੱਕ ਨੂੰ ਲਿਖਿਆ ਤ੍ਰਿਪੁਰਦਮਨ ਅਤੇ ਅਦਿਲ ਹੁਸੈਨ ਨੇ ਇੱਕ ਬੁੱਕਾ ਜਿਸ ਦਾ ਨਾਮ ਆ ਮਾਡਰਨ ਇੰਡੀਆ ਇਸ ਨੂੰ ਲਾਂਚ ਕੀਤਾ ਹਰਿਆਣਾ ਦੇ ਚੀਫ ਮਿਨਿਸਟਰ ਮਨੋਹਰ ਲਾਲ ਖੱਟਰ ਨੇ ਅਤੇ ਲਿਖਿਆ ਪੂਨਮ ਦਲਾਲ ਦਈਆ ਨੇ ਨੈਕਸਟ ਕੁਐਸ਼ਨ ਕਿਹੜਾ ਦੇਸ਼ ਸਭ ਤੋਂ ਪਹਿਲਾਂ ਨਾਗਰਿਕ ਹਵਾਈ ਖੇਤਰ ਵਿੱਚ ਡਰੋਨ ਉਡਾਉਣ ਦੀ ਇਜਾਜ਼ਤ ਦੇਣ ਵਾਲਾ ਬਣ ਗਿਆ ਹਾਂਜੀ ਇਹਨਾਂ ਦੇ ਵਿੱਚੋਂ ਕਿਹੜਾ ਦੇਸ਼ ਆ ਜਿਹੜਾ ਪਹਿਲਾ ਨਾਗਰਿਕ ਕਿਹੜਾ ਦੇਸ਼ ਸਭ ਤੋਂ ਪਹਿਲਾਂ ਨਾਗਰਿਕ ਹਵਾਈ ਖੇਤਰ ਵਿੱਚ ਡਰੋਨ ਉਡਾਉਣ ਦੀ ਇਜਾਜ਼ਤ ਦੇਣ ਵਾਲਾ ਪਹਿਲਾ ਬਣਿਆ ਵਾ ਤੇ ਇਸ ਕੁਐਸ਼ਨ ਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ B ਇਜ਼ਰਾਈਲ ਇਜ਼ਰਾਈਲ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਠੀਕ ਹੈ ਇਜ਼ਰਾਈਲ ਦੇ ਸਭ ਤੋਂ ਪਹਿਲਾ ਨਾਗਰਿਕ ਹਵਾਈ ਖੇਤਰ ਵਿੱਚ ਡਰੋਨ ਉਡਾਣ ਦੀ ਇਜਾਜ਼ਤ ਦੇਣ ਵਾਲਾ ਪਹਿਲਾ ਖੇਤਰ ਬਣਿਆ ਠੀਕ ਹੈ ਜਾਂ ਪਹਿਲਾ ਦੇਸ਼ ਬਣਿਆ ਹੁਣ ਅਸੀਂ ਗੱਲ ਕਰ ਰਹੇ ਹਾਂ ਇਜ਼ਰਾਈਲ ਦੀ ਤਾਂ ਇਜ਼ਰਾਈਲ ਦੀ ਕੈਪੀਟਲ ਕੀ ਆ ਇਜ਼ਰਾਈਲ ਦੀ ਕੈਪੀਟਲ ਆ ਯਰੂਸ਼ਲਮ ਇੱਥੋਂ ਦੀ ਕਰੰਸੀ ਆ ਇਜ਼ਰਾਈਲੀ ਨਿਊ ਸੈਕਲ ਤੇ ਇੱਥੋਂ ਦੇ ਪ੍ਰਾਈਮ ਮਿਨਿਸਟਰ ਆ ਨਫਤਾਲੀ ਬੈਨੇਟ ਇਜ਼ਰਾਈਲ ਦੇ ਨਵੇਂ ਰਾਸ਼ਟਰਪਤੀ ਬਣੇ ਸੀ ਇਸ਼ਾਕ ਹਰਯੋਗ ਉਹ ਉਫੈਕ 16 ਸਪਾਇਰਡ ਸੈਟੇਲਾਈਟ ਲਾਂਚ ਕੀਤਾ ਇਜ਼ਰਾਈਲ ਨੇ ਜਲਵਾਜ਼ੂ ਪਰਿਵਰਤਨ ਨੂੰ ਰਾਸ਼ਟਰੀ ਸੁਰੱਖਿਆਣ ਮੁੱਦਾ ਘੋਸ਼ਿਤ ਕੀਤਾ ਇਜ਼ਰਾਈਲ ਨੇ ਵੱਡੇ ਪੈਮਾਨੇ ਉੱਪਰ ਹਾਂਜੀ ਵੱਡੇ ਪੈਮਾਨੇ ਉੱਪਰ ਇਨਫੈਲਟੇਬਲ ਮਿਜ਼ਾਈਲ ਡਿਟੈਕਸ਼ਨ ਸਿਸਟਮ ਦਾ ਪ੍ਰੀਖਣ ਵੀ ਇਜ਼ਰਾਈਲ ਨੇ ਕੀਤਾ ਇਜ਼ਰਾਈਲ ਦੀ ਸੰਸਦ ਦਾ ਨਾਮ ਅਕਸਰ ਐਗਜ਼ਾਮ ਦੇ ਵਿੱਚ ਪੁੱਛ ਲਿਆ ਜਾਂਦਾ ਹੈ ਇਜ਼ਰਾਈਲ ਦੀ ਸੰਸਦ ਦਾ ਨਾਮ ਆ ਨੈਸਿਟ ਐਰੋ 3 ਦਾ ਸਫਲ ਪ੍ਰੀਖਣ ਵੀ ਇਜ਼ਰਾਈਲ ਨੇ ਹੀ ਕੀਤਾ ਐਰੋ 3 ਇੱਕ ਸਭ ਤੋਂ ਖਤਰਨਾਕ ਹਥਿਆਰ ਆ ਨੈਕਸਟ ਕੁਐਸਚਨ ਹੈ ਜੀ ਕਿਸ ਨੇ ਸਫਲਤਾਪੂਰਵਕ ਧਰਤੀ ਨਿਰੀਖਣ ਉਪਗ੍ਰਹਿ EOS04 ਲਾਂਚ ਕੀਤਾ ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਹੈ অপਸ਼ਨ ਨੰਬਰ ਸੀ ISRO ISRO ਨੇ ਸਫਲਤਾਪੂਰਵਕ ਧਰਤੀ ਨਿਰੀਖਣ ਉਪਗ੍ਰਹਿ EOS04 ਲਾਂਚ ਕੀਤਾ ਹੁਣ ISRO ਨੇ ਲਾਂਚ ਕੀਤਾ ਤਾਂ ISRO ਦੀ ਕੈਪਫਲ ਫਾਰਮ ਕੀ ਹੈ Indian Space Research Organisation ਇਸ ਦੀ ਸਥਾਪਨਾ ਕਦੋਂ ਹੋਈ 1969 ਦੇ ਵਿੱਚ ਇਹਦਾ ਹੈਡਕੁਆਟਰ ਕਿੱਥੇ ਆ ਬੰਗਲੌਰ ਦੇ ਵਿੱਚ ਤੇ ਐਟ ਪ੍ਰੈਜ਼ੈਂਟ ਇਹਦੇ ਚੇਅਰਮੈਨ ਕੌਣ ਨੇ ਐਸ ਸੋਮਨਾਥ ਨੈਕਸਟ ਕੁਐਸ਼ਨ ਜੀ ਨੈਕਸਟ ਕੁਐਸ਼ਨ ਹੈ ਅੰਤਰਰਾਸ਼ਟਰੀ ਬਾਲ ਕੈਂਸਰ ਦਿਵਸ ਕਦੋਂ ਮਨਾਇਆ ਗਿਆ ਤੇ ਇਸ ਕੁਐਸ਼ਨ ਦਾ ਰਾਈਟ ਆਨਸਰ ਹੈ ਜੀ 15 ਆਪਸ਼ਨ ਨੰਬਰ B 15 ਫਰਵਰੀ 15 ਫਰਵਰੀ ਨੂੰ ਅੰਤਰਰਾਸ਼ਟਰੀ ਬਾਲ ਕੈਂਸਰ ਦਿਵਸ ਮਨਾਇਆ ਗਿਆ ਇਸ ਦੀ ਸ਼ੁਰੂਆਤ ਹੋਈ ਸੀ 2002 ਦੇ ਵਿੱਚ ਇਹ ਬੱਚਿਆਂ ਵਿੱਚ ਘਾਤਕ ਬਿਮਾਰੀ ਦੇ ਖਤਰੇ ਅਤੇ ਪ੍ਰਭਾਵ ਬਾਰੇ ਉਜਾਗਰ ਕਰਨ ਦੇ ਲਈ ਮਨਾਇਆ ਜਾਂਦਾ ਵਾ ਠੀਕ ਹੈ ਹੁਣ 15 ਫਰਵਰੀ ਨੂੰ ਤਾਂ ਮਨਾਇਆ ਗਿਆ ਅੰਤਰਰਾਸ਼ਟਰੀ ਬਾਲ ਕੈਂਸਰ ਦਿਵਸ ਤੇ 14 ਫਰਵਰੀ ਨੂੰ ਕਿਹੜਾ ਦਿਨ ਮਨਾਇਆ ਗਿਆ? ਹਾਂਜੀ 14 ਫਰਵਰੀ ਨੂੰ ਕਿਹੜਾ ਦਿਨ ਮਨਾਇਆ ਗਿਆ? ਜਿਹੜੇ ਵੀ ਸਟੂਡੈਂਟ ਨੂੰ ਪਤਾ 3 ਸੈਕਿੰਡ ਦੇਣੀ ਆ ਮੈਂ ਤੁਹਾਨੂੰ ਕਮੈਂਟ ਬਾਕਸ ਦੇ ਵਿੱਚ ਲਿਖਣ ਦੇ ਲਈ। ਹਾਂਜੀ 15 14 ਫਰਵਰੀ ਨੂੰ ਮਨਾਇਆ ਗਿਆ ਵਾ ਅੰਤਰਰਾਸ਼ਟਰੀ ਮਿਰਗੀ ਦਿਵਸ। 13 ਫਰਵਰੀ ਨੂੰ ਮਨਾਇਆ ਗਿਆ ਵਿਸ਼ਵ ਰੇਡੀਓ ਦਿਵਸ। 12 ਫਰਵਰੀ ਨੂੰ ਮਨਾਇਆ ਗਿਆ ਰਾਸ਼ਟਰੀ ਉਤਪਾਦਕਤਾ ਦਿਵਸ 11 ਫਰਵਰੀ ਨੂੰ ਮਨਾਇਆ ਗਿਆ ਵਿਗਿਆਨ ਵਿੱਚ ਔਰਤਾ ਤੇ ਲੜਕੀਆਂ ਦਾ ਅੰਤਰਰਾਸ਼ਟਰੀ ਦਿਵਸ 10 ਫਰਵਰੀ ਨੂੰ ਮਨਾਇਆ ਗਿਆ ਵਿਸ਼ਵ ਨਾਜ਼ੁ ਦੇਵਸ 8 ਫਰਵਰੀ ਨੂੰ ਮਨਾਇਆ ਗਿਆ ਸੁਰੱਖਿਅਤ ਇੰਟਰਨੈਟ ਦਿਵਸ 5 ਫਰਵਰੀ ਨੂੰ ਮਨਾਇਆ ਗਿਆ ਪੰਡਿਤ ਭੀਮ ਸੈਨ ਜੋਸ਼ੀ ਦੀ ਸ਼ੋਮੀ ਜਨਮਤੀ ਦਾ ਦਿਵਸ 4 ਫਰਵਰੀ ਨੂੰ ਮਨਾਇਆ ਜਾਂ ਵਿਸ਼ਵ ਕੈਂਸਰ ਦਿਵਸ 2 ਫਰਵਰੀ ਨੂੰ ਮਨਾਇਆ ਗਿਆ ਵਿਸ਼ਵ ਜਲ ਭੂਮੀ ਦਿਵਸ ਅਤੇ 1 ਫਰਵਰੀ ਨੂੰ ਮਨਾਇਆ ਗਿਆ ਭਾਰਤੀ ਤੱਟ ਰੱਖਿਆਕ ਦਿਵਸ ਨੈਕਸਟ ਕੁਐਸਚਨ ਕਰਦੇ ਹਾਂ ਜੀ ਅਸੀਂ 에ਅਰ ਇੰਡੀਆ ਦੇ ਨਵੇਂ ਐਮ ਡੀ ਐਂਡ ਸੀਈਓ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਹਾਂਜੀ 에ਅਰ ਇੰਡੀਆ ਦੇ ਨਵੇਂ ਐਮ ਡੀ ਅਤੇ ਸੀਈਓ ਵਜੋਂ ਨਿਯੁਕਤ ਕੀਤਾ ਗਿਆ ਇਲਕਰ ਆਯੂਸ਼ੀ ਨੂੰ ਆਪਸ਼ਨ ਨੰਬਰ ਸੀ ਇਜ਼ ਅ ਰਾਈਟ ਆਂਸਰ ਇਲਕਰ ਆਯੂਸ਼ੀ ਹਾਂਜੀ 에어 ਇੰਡੀਆ ਦੇ ਨਵੇਂ ਐਮ ਡੀ ਅਤੇ ਸੀਈਓ ਵਜੋਂ ਨਿਯੁਕਤ ਕੀਤੇ ਗਏ ਆ ਸੌਰੀ ਆਇਕਰ ਆਯੂਸ਼ੀ ਉਹ ਆਪਸ਼ਨ ਇਸ ਕੁਸ਼ਣ ਦਾ ਸਹੀ ਸਹੀ ਰਾਈਟ ਆਨਸਰ ਹੈ ਇਹ ਤੁਰਕੀ 에ਅਰਲਾਈਨ ਦੇ ਸਾਬਕਾ ਚੇਅਰਮੈਨ ਸੀ ਤੇ 에ਅਰ ਇੰਡੀਆ ਦੀ ਸ਼ੁਰੂਆਤ ਟਾਟਾ ਸੰਸ ਨੇ 1932 ਦੇ ਵਿੱਚ ਕੀਤੀ ਸੀ ਫਿਰ ਸੁਤੰਤਰਤਾ ਤੋਂ ਬਾਅਦ 1953 ਦੇ ਵਿੱਚ ਇਸ ਦਾ ਰਾਸ਼ਟਰੀਕਰਨ ਕੀਤਾ ਗਿਆ ਅਤੇ ਹੁਣ ਫਿਰ ਤੋਂ 에ਅਰ ਇੰਡੀਆ ਨੂੰ ਟਾਟਾ ਸੰਸ ਨੇ ਖਰੀਦ ਲਿਆ ਅਤੇ ਟਾਟਾ ਸੰਸ ਨੇ ਹੀ 에ਅਰ ਇੰਡੀਆ ਦੇ ਨਵੇਂ ਐਮ ਡੀ ਅਤੇ ਸੀਈਓ ਵਜੋਂ ਪੁਆਇੰਟ ਕੀਤੇ ਆ ਇਲਕਰ ਆਯੂਸ਼ੀ ਹਾਂਜੀ ਇਸ ਦੇ ਨਾਲ ਹੀ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਕੁਐਸਚਨ ਨੰਬਰ 13 ਸੀ ਤੁਹਾਡਾ ਤੇ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਇਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦੇਣਾ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ